ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਮੈਂ ਪ੍ਰਸ਼ਾਦਾ ਛਕਣਾ ਤੇ ਮੈਨੂੰ ਕੁਝ ਦਿਓ ਜਦੋਂ ਮੈਂ ਭਾਈ ਮਰਦਾਨੇ ਦੀ ਗੱਲ ਕਰਦਾ ਨਾ ਤੇ ਮੇਰਾ ਮਰਦਾਨੇ ਦੇ ਅੱਗੇ ਸਿਰ ਝੁਕ ਜਾਂਦਾ ਹੈ ਕਿਉਂ ਮਰਦਾਨੇ ਨੇ 58 ਸਾਲ ਕੀਰਤਨ ਕੀਤਾ ਤੇ ਗੁਰੂ ਨਾਲ ਆਸਾ ਦੀ ਵਾਰਦਾ ਠੇਕਾ ਨਹੀਂ ਕੀਤਾ ਅੱਜ ਤੁਸੀਂ ਸਾਨੂੰ ਫੋਨ ਕਰਦੇ ਗਿਆ ਨਹੀਂ ਜੀ ਕੀਰਤਨ ਕਰ ਲਈ ਆਓਗੇ ਕਥਾ ਕਰ ਲਈ ਆਓਗੇ ਠੇਕਾ ਹੁੰਦਾ ਜੇ ਬੋਲੀ ਟੁੱਟ ਗਈ ਤੇ ਆਵਾਂਗੇ ਨਹੀਂ ਤੇ ਕਹਿਣਾ ਜੀ ਮੇਰੀ ਤਬੀਤ ਠੀਕ ਨਹੀਂ ਤੇ ਮੈਂ ਕਿਹਨੂੰ ਗੁਰੂ ਕਿਰਪਾ ਕਰੇ ਤੇਰੀ ਤਬੀਤ ਠੀਕ ਹੋਵੇਈ ਨਾ ਵੀ ਜੇ ਤਾਂ ਸੌਦਾ ਫਿੱਟ ਬਹਿ ਗਿਆ ਨਾ ਤੇ ਕਹਿੰਦੇ ਜੀ ਦਰਸ਼ਨ ਕਰਾਂਗੇ ਤੇ ਜੇ ਪੂਰੀ ਸਾਈ ਨਹੀਂ ਹੋਈ ਤੇ ਕਹਿੰਦਾ ਮੇਰੀ ਤਬੀਤ ਠੀਕ ਨਹੀਂ ਭਾਈ ਮਰਦਾਨੇ ਕੋਲ ਕੰਬੈਨ ਨਹੀਂ ਭਾਈ ਮਰਦਾਨੇ ਕੋਲ ਕਾਰ ਨਹੀਂ ਭਾਈ ਮਰਦਾਨੇ ਕੋਲ ਕੋਠੀ ਨਹੀਂ ਉਹਨੇ 56 ਸਾਲ ਕੀਰਤਨ ਕੀਤਾ ਜੇ ਗੁਰਨਾਨਕ ਤੋਂ ਆਸਾ ਦੀ ਵਾਰ ਦਾ ਠੇਕਾਰੀ ਜੇ ਕੀਤਾ 56 ਸਾਲ ਕੀਰਤਨ ਕੀਤਾ ਭਾਈ ਮਰਦਾਨੇ ਨੇ ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ ਭਾਈ ਮਰਦਾਨੇ ਨੇ ਗੁਰਦੇਵ ਕੋਲੋਂ ਲਾਲ ਲਿਆ ਮੈਂ ਬੇਨਤੀ ਕੀਤੀ ਮਰਦਾਨਾ ਕਹਲਾ ਨਹੀਂ ਧਰਮ ਦੀ ਦੁਨੀਆ ਵਿੱਚ ਸਹਿਜ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓ ਕਿ ਸਹਿਜ ਕਿੰਨਾ ਕਾ ਹੈ ਕਿਤੇ ਆਗਰੇ ਜਾਓ ਉੱਥੇ ਗੁਰਦੁਆਰਾ ਮਾਈ ਥਾਨ ਉਸ ਮਾਈ ਥਾਨ ਵਾਲੀ ਜਗ੍ਹਾ ਦਾ ਇਤਿਹਾਸ ਤੁਸੀਂ ਜਾ ਕੇ ਪੜਨਾ ਮੈਂ ਪੜਿਆ ਹੈ ਕਿ ਇੱਕ ਜੱਸੀ ਨਾਮ ਦੀ ਨੌਜਵਾਨ ਬੀਬੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਉਹਨੇ ਕੱਪੜੇ ਦਾ ਥਾਨ ਭੇਡ ਕਰਨਾ ਚਾਹਿਆ ਬੀਬੀ ਦੀ ਸ਼ਾਦੀ ਹੋਈ ਕੁਝ ਦਿਨਾਂ ਤੋਂ ਬਾਅਦ ਉਹਦਾ ਪਤੀ ਰੱਬ ਨੂੰ ਪਿਆਰਾ ਹੋ ਗਿਆ ਮਨ ਨੂੰ ਛੱਡ ਲਗੀ ਕਿ ਮੈਂ ਸ਼ਾਦੀ ਨਹੀਂ ਕਰਨੀ ਜੋ ਮੇਰੇ ਭਾਗਾਂ ਵਿੱਚ ਸੀ ਉਹ ਗੱਲ ਨਿਬੜ ਗਈ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਨਿਥਾਨ ਭੇਟ ਕੀਤਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਧੀਏ ਰਾਣੀ ਅਸੀਂ ਨਾਵੇਂ ਜਾਵੇਂ ਚ ਲਵਾਂਗੇ ਇਹ ਗੁਰਦੁਆਰੇ ਮਾਈ ਥਾਨ ਦਾ ਇਤਿਹਾਜ ਏ ਨਹੀਂ ਤੇ ਉਹਨੇ ਕਹਿਣਾ ਸੀ ਵੀ ਗੁਰੂ ਮੈਨੂੰ ਇਹਨਾਂ ਟਾਲਾ ਕਰ ਗਿਆ ਉਹਨੂੰ ਸ਼ੈਤਾਨ ਪਸੰਦ ਨਹੀਂ ਔਰ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਦੋ ਸ਼ਬਦ ਉਚਾਰੇ ਨੇ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਇੱਕ ਦੂਜਾ ਸ਼ਬਦ ਚਾਰਿਆ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਮ ਤੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਨੇ ਉਦੋਂ ਨਾਵੇਂ ਜਾਮੇ ਚ ਮਹਾਰਾਜ ਨੇ ਉਹ ਥਾਂ ਲਿਆ ਤੇ ਉਦੋਂ ਉਸ ਬੀਬੀ ਨੇ ਸਰੀਰ ਛੱਡਿਆ ਉਸ ਬੀਬੀ ਦਾ ਨਾਮ ਇਤਿਹਾਸ ਵਿੱਚ ਬੀਬੀ ਜਸੀ ਕਰਕੇ ਲਿਖਿਆ ਕਹਿਣ ਦਾ ਭਾਵ ਕਿ ਸਾਨੂੰ ਸਬਰ ਕਰਨਾ ਚਾਹੀਦਾ ਹੈ ਉਡੀਕ ਕਰਨੀ ਚਾਹੀਦੀ ਹੈ ਬਾਣੀ ਦੀਆਂ ਪੰਕਤੀਆਂ ਉਡੀਨੀ 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 ਕਬ ਘਰ ਆਵੇਰੀ ਇੰਤਜ਼ਾਰ ਕਰ ਕਦੇ ਨਾ ਕਦੇ ਤਾਂ ਆਵੇਗਾ ਨਾ ਕਬੀਰ ਕਬੀਰ ਕੇਸੋ ਕੋ ਕੋ ਕੇਸੋ ਕੇਸੋ ਕੂਕੀਐ ਨਾ ਸੋਈਏ ਅਸਾਰ ਰਾਤ ਦਿਸ ਕੇ ਕੂਕਨੇ ਕਭੂ ਕੇ ਸੁਣੀ ਪੁਕਾਰ ਆਵਾਜ਼ ਮਾਰੀ ਚੱਲ ਕਦੇ ਨਾ ਕਦੇ ਤਾਂ ਆਵਾਜ਼ ਸੁਣੀ ਲਏਗਾ ਨਾ ਇਹ ਬਾਬੇ ਕਬੀਰ ਦੇ ਸ਼ਲੋਕਾਂ ਚ ਸ਼ਲੋਕ ਹੈ ਭਾਈ ਮਰਦਾਨਾ ਜੀ ਨੇ ਜਾ ਕੇ ਇੱਕ ਸਬਜ਼ੀ ਵਾਲੇ ਨੂੰ ਪੁੱਛਿਆ ਵੀ ਗੁਰਮੁਖਾ ਜੀ ਆਹ ਚੀਜ਼ ਮੈਂ ਤੈਨੂੰ ਵੇਚਾਂ ਤੇ ਕੀ ਦੇਂਗਾ ਉਹ ਕਹਿੰਦਾ ਬਾਬਾ ਜੀ ਤਿੰਨ ਚਾਰ ਮੂੜੀਆਂ ਇਹਦੇ ਵੱਧ ਮੈਂ ਨਹੀਂ ਤੈਨੂੰ ਦੇ ਸਕਦਾ ਭਾਈ ਮਰਦਾਨੇ ਨੇ ਲਾਲ ਲੈ ਲਿਆ ਕੱਪੜੇ ਦੀ ਦੁਕਾਨ ਵਾਲੇ ਨੇ ਪੁੱਛਣ ਲੱਗਾ ਵੀ ਸੇਠਾ ਜੀ ਮੈਂ ਤੈਨੂੰ ਮਣਕਾ ਜਿਹਾ ਦਿਆਂ ਤੇ ਕੀ ਦੇਂਗਾ ਉਹ ਕਹਿੰਦਾ ਬਾਬਾ ਢਾਈ ਗਜ ਕਪੜਾ ਮਰਦਾਨਾ ਵਿਚਾਰਾਂ ਚ ਪੈ ਗਿਆ ਵੀ ਇੱਕ ਪਾਸੇ ਤਿੰਨ ਮੂੜੀਆਂ ਇੱਕ ਪਾਸੇ ਢਾਈ ਗਜ ਕਪੜਾ ਤੇ ਬਣਾ ਕਾੜਾ ਨਾ ਪਾਓ ਹੋ ਸਕਦਾ ਕੀਮਤ ਵੱਧ ਜਾਏ ਤੇ ਜਿੱਥੇ ਗੁਰਮੁਖੋੜ ਕਲਗੀਧਰ ਪਾਤਸ਼ਾਹ ਦਾ ਪਾਵਨ ਸਥਾਨ ਹੈ ਨਾ ਤਕਤ ਸਾਹਿਬ ਇਹ ਉਹ ਜਮਾਨੇ ਚ ਸਾਲ ਸਰੇ ਜੋਰੀ ਦਾ ਘਰ ਸੀ ਤੁਸੀਂ ਉਸ ਆਗੀ ਕਿਤੇ ਕਢਣੀ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਵਿੱਚੋਂ ਸਾਲ ਸਰੇ ਜੋਰੀ ਦੀ ਸਾਖੀ ਇੱਕ ਲੰਗਦਾ ਲੰਗਦਾ ਬੰਦਾ ਕਹਿਣ ਲੱਗਾ ਬਾਬਾ ਜਿਹੜਾ ਤੁਸੀਂ ਸੌਦਾ ਵੇਚਦੇ ਹੋ ਨਾ ਇਹਨਾਂ ਦੇ ਵਸ ਦੀ ਗੱਲ ਨਹੀਂ ਇਥੇ ਇੱਕ ਜ਼ੌਹਰੀ ਰਹਿੰਦਾ ਉਹਦੇ ਕੋਲ ਜਾਓ ਤੇ ਹੋ ਸਕਦਾ ਤੁਹਾਨੂੰ 4 ਪੈਸੇ ਵੱਧ ਬਣ ਜਾਣ ਭਾਈ ਮਰਦਾਨਾ ਜੀ ਨੇ ਜਾ ਕੇ ਕੁੰਡਾ ਖੜਕਾਇਆ ਉਹ ਅਮੀਰ ਆਦਮੀ ਸੀ ਉਹਨੇ ਕੁੰਡਾ ਖੋਲਿਆ ਨੌਕਰ ਨੇ ਹਾਕ ਮਾਲਕ ਨੂੰ ਆਵਾਜ਼ ਮਾਰੀ ਸਾਲਸਹ ਜੌਹਰੀ ਆਇਆ ਇਤਿਹਾਸ ਕਹਿੰਦਾ ਕਿ ਉਹਨੇ ਆਖਿਆ ਬਾਬਾ ਜੀ ਪਤਾ ਨਹੀਂ ਮੁੱਲ ਬਣੇ ਕਿ ਨਾ ਬਣੇ ਤੁਸੀਂ ਆਪਣੇ ਮਾਲਕ ਨੂੰ ਪੁੱਛੋ ਕਿ ਇਹ ਸੌਦਾ ਕਿੰਨੇ ਦਾ ਦੇਣਾ ਹੈ ਪਰ ਇਹਨੂੰ ਵੇਖਣ ਦਾ ਮੁੱਲ 100 ਰੁਪਿਆ ਹੈ ਉਹਨੇ 100 ਰੁਪਿਆ ਲਾਲ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਭਾਈ ਮਰਦਾਨੇ ਨੂੰ ਰੋਟੀ ਦੀ ਗੱਲ ਭੁੱਲ ਗਈ ਤੇ ਵਿਚਾਰਾਂ 'ਚ ਪੈ ਗਿਆ ਕਿ ਇੱਕ ਪਾਸੇ ਦਿਨ ਮੂੜੀਆਂ ਮੁੱਲ ਇੱਕੇ ਪਾਸੇ 2.5 ਗਜ ਕੱਪੜਾ ਇਸ ਬੰਦੇ ਨੇ ਲਾਲ ਨੂੰ ਵੇਖਣ ਦਾ ਮੁੱਲ ਹੀ 100 ਰੁਪਇਆ ਪਾਇਆ ਤੇ ਮਨਾ ਤਾਂ ਕੰਮ ਬਹੁਤ ਵਧੀਆ ਹੈ ਲਾਲ ਦਾ ਲਾਲ ਆਪਣੇ ਕੋਲ ਤੇ 100 ਰੁਪਇਆ ਫਰੀ ਮਿਲ ਗਿਆ ਉਥੇ ਜਨਮ ਸਾਖੀ ਦਾ ਕਰਤਾ ਲਿਖਦਾ ਕਿ ਭਾਈ ਮਰਦਾਨਾ ਜੀ 100 ਰੁਪਇਆ ਲੈ ਕੇ ਗੁਰਦੇਵ ਕੋਲ ਆਏ ਤੇ ਸਤਿਗੁਰੂ ਪਾਤਸ਼ਾਹ ਨੂੰ ਆਣ ਕੇ ਬੇਨਤੀ ਕੀਤੀ ਪਾਤਸ਼ਾਹ ਆ ਜੌਰੀ ਨੇ ਵੇਖਣ ਦਾ ਮੁੱਲ ਭੇਟਾ ਦਿੱਤਾ ਹਜ਼ੂਰ ਕਹਿੰਦੇ ਮਰਦਾਨਿਆਂ ਜੇ ਆਪਾਂ ਵਸੂ ਨਹੀਂ ਵੇਚੀ ਤੇ ਆਪਣਾ ਮੁੱਲ ਲੈਣ ਦਾ ਕੋ ਹੱਕ ਨਹੀਂ ਗੁਰਦੇਵ ਨੇ ਸ਼ਬਦ ਪੜਿਆ ਹੱਕ ਪਰਾਇਆ ਨਾਨਕਾ ਉਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾਂ ਮਰਦਾਰ ਨ ਖਾਏ ਜਿਹੜਾ ਪਰਾਇਆ ਹੱਕ ਸਿੱਖ ਵਾਸਤੇ ਮਰਦਾ ਖਾਣ ਦੇ ਤੋਲੇ ਹਿੰਦੂ ਵਾਸਤੇ ਗਊ ਖਾਣ ਦੇ ਤੋਲੇ ਤੇ ਮੁਸਲਮਾਨ ਵਾਸਤੇ ਸੂਰ ਖਾਣ ਦੇ ਤੋਲੇ ਉਥੇ ਜਨਮ ਸਰਟੀਫੀਕਾਟ ਦਾ ਕਰਤਾ ਲਿਖਦਾ ਕਿ ਭਾਈ ਮਰਦਾਨੇ ਨੇ ਸਤਵੇਂ ਗੇੜੇ 'ਚ ਪੈਸੀ ਛੁੱਟ ਦਿੱਤੇ ਤੇ ਜੌਰੀ ਦੇ ਮਨ ਵਿੱਚ ਆਇਆ ਵੀ ਮਨਾ ਇਹੋ ਜੇ ਸ਼ਾਹੂਕਾਰ ਕੋਲ ਜਾਣਾ ਚਾਹੀਦਾ ਜਿਹੜਾ ਇੰਨਾ ਤਿਆਗ-ਵਿਰਾਗ ਵਾਲਾ ਹੈ ਗੁਰੂ ਨਾਨਕ ਪਾਤਸ਼ਾਹ ਕੋਲ ਪ੍ਰਸ਼ਾਦਾ ਪਾਣੀ ਲੈ ਕੇ ਆਇਆ ਛਕਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਰਦਾਨੇ ਕੋਈ ਗੱਲ ਪਿੜ ਪੱਲੇ ਪਈ ਮਰਦਾਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਦਸ਼ਾਹ ਐਸੇ ਗੱਲ ਕਰਕੇ ਤੇਰੇ ਚਰਨ ਪਗੜੇ ਨੇ ਪੱਲੇ ਤੂੰ ਪਾਉਣਾ ਮੈਂ ਪੱਲੇ ਜੋਗਾ ਨਹੀਂ ਹਜ਼ੂਰ ਕਹਿੰਦੇ ਮਰਦਾਨਿਆਂ ਵਸਤੂ ਇੱਕ ਹੈ ਤੇ ਕੀਮਤਾਂ ਤਿੰਨ ਨੇ ਇੱਕ ਬੰਦੇ ਨੇ ਤਿੰਨ ਮੂੜੀਆਂ ਮੁੱਲ ਪਾਇਆ ਇੱਕ ਨੇ ਢਾਈ ਗਜ ਕਪੜਾ ਮੁੱਲ ਪਾਇਆ ਇੱਕ ਨੇ ਵੇਖਣ ਦਾ 100 ਰੁਪਿਆ ਮੁੱਲ ਪਾਇਆ ਇਸ ਕਰਕੇ ਗੁਰਮਖਾ ਗੱਲ ਤਾਂ ਗਾਖਦੀ ਹੈ ਜਿਹੜਾ ਗੁਬਾਰੇ ਅਡਾਉਣ ਲਈ ਆਇਆ ਨਾ ਉਹ ਨਿੱਕਾ ਤਾ ਤੂੰ ਕੀ ਲੈਣਾ ਉਹਨੂੰ ਗੁਬਾਰੇ ਫਿਟ ਜਿਹੜਾ ਪਕੌੜਿਆਂ ਲਈ ਆਇਆ ਉਹਨੇ ਕਹਿਣਾ ਵੀ ਜੇ ਅੰਦਰ ਦੀਵਾਨ ਚ ਗਏ ਤੇ ਠੰਡੇ ਹੋ ਜਾਣਗੇ ਡੰਡ ਲਹਿ ਜਾਏਗੀ ਉਹ ਪਕੌੜਿਆਂ ਦਾ ਗਾਖ ਹੈ ਉਹਨੇ ਕਥਾ ਤੂੰ ਕੀ ਲੈਣਾ ਹੈ ਇਸ ਕਰਕੇ ਗੁਰੂ ਕਿਰਪਾ ਕਰੇ ਸਾਡੇ ਅੰਦਰ ਗੁਰਬਾਣੀ ਗੁਰੂ ਸਿਧਾਂਤ ਦੀ ਖਿੱਚ ਪੈਦਾ ਹੋਵੇ ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜਿਹੜਾ ਵੀਰ ਨੇ ਇੱਕ ਲਫ਼ਜ਼ ਵਰਤਿਆ ਸੀ ਨੇ ਚੰਦਰ ਇਹਦੇ ਸੰਬੰਧ ਵਿੱਚ ਮੈਨੂੰ ਗੁਰਬਾਣੀ ਦੀ ਇੱਕ ਪੰਕਤੀ ਚੇਤੇ ਆ ਗਈ ਉਹ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਰ ਹੋਏ ਰਹਿ ਬਸੇ ਜੋ ਚੰਦਨ ਪਾਸ ਇਹਦਾ ਅਰਥ ਹੈ ਗੁਰਬਾਣੀ 'ਚ ਇਹ ਵੀ ਪੰਕਤੀਆਂ ਹੁੰਦੀਆਂ ਨੇ ਚੰਦਰ ਨਿਕਟ ਸਭ ਚੰਦਰ ਹੋਇਆ ਚੰਦਨਾ ਦੀ ਕਿਸਮਾਂ ਦੇ ਵਿੱਚੋਂ ਇੱਕ 52 ਉਹਨੂੰ ਕਹਿੰਦੇ ਨੇ 52 ਚੰਦਰ 52 ਕਹਿੰਦੇ ਨੇ 52 ਨੂੰ ਜਿਹੜਾ ਅਸਲੀ ਚੰਦਨ ਹੁੰਦਾ 52 ਉਂਗਲਾਂ ਦਾ ਹੁੰਦਾ ਓਹ ਚੰਦਰਨ ਦੇ ਬੂਟੇ ਕੋਲ ਜਿੰਨੇ ਵੀ ਬਾਕੀ ਦੇ ਬੂਟੇ ਹੋਣ ਉਹ ਚੰਦਰਨ ਦਾ ਬੂਟਾ ਬਣ ਜਾਂਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਗੱਲ ਸੱਚੀ ਪਰ ਇਹ ਅਸਰ ਸਾਰਿਆਂ ਤੇ ਇੱਕੋ ਜਿਹਾ ਨਹੀਂ। ਅਗਲੀ ਪੰਕਤੀ 'ਚ ਬਾਬਾ ਕਬੀਰ ਕਹਿੰਦਾ ਕਬੀਰ ਬਾਸ ਬਡਾਈ ਬੂੜਿਆ ਤੂੰ ਮਤ ਡੂਬੋ ਕੋਏ ਚੰਦਨ ਕੇ ਨਿਗਟੇ ਬਸੇ ਬਾਸ ਸੁਗੰਧ ਰੋਏ। ਚੰਦਨ ਦੇ ਬੂਟੇ ਕੋਲ ਜਿੰਨੇ ਬੂਟੇ ਨੇ ਚੰਦਨ ਬਣ ਜਾਂਦੇ ਪਰ ਗੁਰਮੁਖੋ ਬਾਸ ਦਾ ਬੂਟਾ ਚੰਦਨ ਨਹੀਂ ਬਣਦਾ ਲਿਖਿਆ ਜੇ ਗੁਰੂ ਕੀ ਬਾਣੀ 'ਚ ਬਾਬੇ ਕਬੀਰ ਦੇ ਸ਼ਲੋਕ ਨੇ ਕਬੀਰ ਬਾਸ ਬੜਾਈ ਬੂਡਿਆ ਇਉਂ ਮਤ ਡੂਬੋ ਕੋਏ ਚੰਦਨ ਕੇ ਨਿਗਟੇ ਬਸੇ ਬਾਸ ਸੁਗੰਧ ਨਾ ਹੋਏ ਸਾਰੀ ਦੀ ਸਾਰੀ ਬਨਸਪਤੀ ਚੰਦਨ ਬਣ ਜਾਂਦੀ ਪਰ ਬਾਸ ਦਾ ਬੂਟਾ ਚੰਦਨ ਨਹੀਂ ਬਣਦਾ ਕਾਰਨ ਕੀ ਹੈ ਇਹਦਾ ਜਵਾਬ ਸਾਡੇ ਵਡੇਰਿਆਂ ਗੁਰਮੁਖਾਂ ਮਹਾਂਪੁਰਸ਼ਾਂ ਵਿਦਵਾਨਾਂ ਨੇ ਇਹ ਦਿੱਤਾ ਹੈ ਵਾਸ ਦੇ ਬੂਟੇ ਵਿੱਚ ਚਾਰ ਕਮਜ਼ੋਰੀਆਂ ਹਨ ਇੱਕ ਵਾਸ ਨੂੰ ਗੰਡਾ ਹੁੰਦੀਆਂ ਨੇ ਇੱਕ ਵਾਸ ਪੋਲਾ ਹੁੰਦਾ ਹੈ ਇੱਕ ਵਾਸ ਬਾਕੀ ਤੇ ਬੂਟਿਆਂ ਦੇ ਨਾਲੋਂ ਵੱਡਾ ਹੋਣ ਦਾ ਮਾਣ ਕਰਦਾ ਹੈ ਤੀਜਾ ਵਾਸ ਦੇ ਨਾਲ ਵਾਸ ਖੈ ਕਰਕੇ ਉਹਦੇ ਚੋਂ ਆਗ ਨਿਕਲਦੀ ਤੇ ਉਹ ਆਪਣੀ ਕੁਲ ਦਾ ਨਾਸ ਕਰ ਲੈਂਦਾ ਇਹਨਾਂ ਚਾਰ ਔਗਣਾ ਦੇ ਕਰਕੇ ਵਾਸ ਦਾ ਬੂਟਾ ਚੰਦਰ ਨਹੀਂ ਬਣਦਾ ਇਸੇ ਤਰ੍ਹਾਂ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚੰਦਰ ਰੂਪ ਹੈ ਪਰ ਜਿਹੜਾ ਮਨੁੱਖ ਵਾਂਸ ਵਰਗਾ ਉਹਦੇ ਤੇ ਉਹਦਾ ਅਸਰ ਨਹੀਂ ਹੋਣਾ